ਤੁਸੀਂ ਸੁਣ ਰਹੇ ਹੋ ਕਿਤਾਬ ਹੰਨੇ ਹੰਨੇ ਪਾਤਸ਼ਾਹੀ ਦਸਵੇਂ ਭਾਗ ਵਿੱਚ ਸੁਣੋ ਬਾਜ਼ ਤਾਜ ਤਿੰਨ ਤੇ ਸਭ ਲੈਣੇ ਲੇਖਕ ਜਗਦੀਪ ਸਿੰਘ ਫਰੀਦਕੋਟ ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਸਵੇਰ ਨਾਦਰ ਸ਼ਾਹ ਆਪਣੇ ਤੰਬੂ ਵਿੱਚ ਟਹਿਲ ਰਿਹਾ ਹੈ ਗੁੱਸੇ ਅਤੇ ਚਿੰਤਾ ਦੇ ਭਾਵ ਉਸਦੇ ਮੂੰਹ ਤੋਂ ਸਾਫ਼ ਪੜ੍ਹੇ ਜਾ ਸਕਦੇ ਹਨ ਨਾਦਰ ਸ਼ਾਹ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਸਾਰੇ ਭਾਰਤ ਵਿੱਚ ਉਸ ਨੂੰ ਕਿਸੇ ਨੇ ਟੱਕਰ ਨਹੀਂ ਦਿੱਤੀ ਜੇਤੂ ਫੌਜਾਂ ਲੈ ਕੇ ਉਹ ਕਿਸੇ ਮਹਾਨ ਰਾਜੇ ਵਾਂਗ ਹਿੰਦੁਸਤਾਨ ਵਿੱਚ ਟਹਿਲਦਾ ਰਿਹਾ ਕਿਸੇ ਰਾਜੇ ਰਜਵਾੜੇ ਦੀ ਮਜਾਲ ਨਹੀਂ ਸੀ ਕਿ ਉਸ ਅੱਗੇ ਚੀਨ ਦੀ ਆਵਾਜ਼ ਵੀ ਕਰ ਸਕੇ ਰਿਆਸਤਾਂ ਦੀਆਂ ਰਿਆਸਤਾਂ ਸਲਤਨਤਾਂ ਦੀਆਂ ਸਲਤਨਤਾਂ ਉਸ ਅੱਗੇ ਝੁੱਕ ਕੇ ਸਲਾਮ ਕਰਦੀਆਂ ਰਹੀਆਂ ਹਿੰਦੁਸਤਾਨ ਦੇ ਵੱਡੇ ਵੱਡੇ ਰਾਜੇ ਉਸ ਦਾ ਸਵਾਗਤ ਕਰਨ ਲਈ ਭੇਟਾ ਵਜੋਂ ਆਪਣੀਆਂ ਧੀਆਂ ਦੇ ਡੋਲੇ ਲਈ ਖਲੋਤੇ ਸਨ ਪਰ ਅੱਜ ਇਹ ਕੀ ਭਾਣਾ ਵਾਪਰ ਗਿਆ ਸੀ ਐਸਾ ਤਾਂ ਉਸਦੇ ਚਿੱਤ ਚੇਤੇ ਵੀ ਨਹੀਂ ਸੀ 50 ਕੋਹ ਦੀ ਵਾਟ ਅਤੇ 20 ਹਮਲੇ ਉਸਨੇ ਇੱਕ ਪਹਿਰੇਦਾਰ ਜ਼ਕਰੀਆ ਖਾਨ ਨੂੰ ਲੈਣ ਲਈ ਭੇਜਿਆ ਸਭ ਪਾਸੇ ਹਫੜਾ ਦਫੜੀ ਸੀ ਡਰਿਆ ਹੋਇਆ ਜ਼ਕਰੀਆ ਉਸਦੇ ਹਰਮ ਵਿੱਚ ਦਾਖਲ ਹੋਇਆ ਹੁਕਮ ਜਾਂ ਪਨਾਹ ਹੁਕਮ ਨਾਦਰ ਸ਼ਾਹ ਗੁੱਸੇ ਵਿੱਚ ਬੋਲਿਆ ਮੇਰੇ ਹੁਕਮ ਦੀ ਤਾਮੀਲ ਕਰੇਗਾ ਤੂੰ ਜੀ ਜਾਂ ਪਨਾਹ ਤੁਸੀਂ ਜੋ ਵੀ ਕਹੋ ਜ਼ਕਰੀਆ ਡਰਦਾ ਹੋਇਆ ਬੋਲਿਆ ਨਾਦਰ ਸ਼ਾਹ ਦੇ ਗੁੱਸੇ ਤੋਂ ਉਹ ਭਲੀ ਭਾਂਤ ਜਾਣੂ ਸੀ ਤਾਂ ਜਾ ਆਪਦੇ ਲੜਾਕੇ ਨਾਲ ਲੈ ਕੇ ਜਾ ਅਤੇ ਉਹਨਾਂ ਸਿਰ ਫਿਰਿਆਂ ਦੇ ਸਿਰ ਲਿਆ ਕੇ ਮੇਰੇ ਕਦਮਾਂ ਵਿੱਚ ਢੇਰ ਕਰ ਜਿਨ੍ਹਾਂ ਅੱਜ ਮੇਰੇ ਕਾਫਲੇ 'ਤੇ ਹਮਲਾ ਕੀਤਾ 1-2 ਵਾਰ ਨਹੀਂ ਪੂਰੇ 20 ਵਾਰ ਜਾ ਦੇਰ ਨਾ ਲਾ ਅਤੇ ਹੁਣੇ ਜਾ ਭੜਕਦਾ ਹੋਇਆ ਨਾਦਰ ਸ਼ਾਹ ਬੋਲਿਆ ਜ਼ਕਰੀਆ ਨੀਵੀਂ ਪਾਈ ਖਲੋਤਾ ਸੀ ਉਸ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ ਖਲੋਤਾ ਕਿਉਂ ਹੈ ਮੇਰੇ ਹੁਕਮ ਦੀ ਪਾਲਣਾ ਕਰ ਨਾਦਰ ਸ਼ਾਹ ਫਿਰ ਬੋਲਿਆ ਜਾ ਪਨਾਹ ਬਸ ਇੰਨਾ ਕੁ ਜ਼ਕਰੀਏ ਦੇ ਮੂੰਹੋਂ ਨਿਕਲਿਆ ਨਾਦਰ ਸ਼ਾਹ ਮਹਾਨ ਨਾਦਰ ਸ਼ਾਹ ਦੀ ਅਜਿੱਤ ਫੌਜ ਉੱਤੇ ਜੰਗਲ ਦੇ 4 ਲੜਾਕਿਆਂ ਨੇ ਹਮਲਾ ਕੀਤਾ ਅਤੇ ਲੁੱਟ ਦਾ ਸਮਾਨ ਖੋਹ ਕੇ ਲੈ ਗਏ ਤੈਨੂੰ ਪਤਾ ਵੀ ਹੈ ਇਤਿਹਾਸ ਵਿੱਚ ਇਸ ਘਟਨਾ ਨੂੰ ਕਿੱਡੀ ਵੱਡੀ ਜਗ੍ਹਾ ਮਿਲੇਗੀ ਇਹ ਕੋਈ ਛੋਟੀ ਗੱਲ ਨਹੀਂ ਨਾਦਰ ਸ਼ਾਹ ਗੁੱਸੇ ਵਿੱਚ ਲਾਲ ਸੀ ਅੱਖਾਂ ਨੱਕ ਕੰਨ ਸਭ ਲਾਲ ਜੀ ਜਾਂ ਪਨਾਹ ਮੈਂ ਜਾਣਦਾ ਹਾਂ ਜ਼ਕਰੀਆ ਬੋਲਿਆ ਜੇ ਜਾਣਦਾ ਤਾਂ ਜਾ ਤਾਂ ਕਿ ਜਦ ਲਿਖਾਰੀ ਇਤਿਹਾਸ ਵਿੱਚ ਇਹ ਘਟਨਾ ਲਿਖਣ ਤਾਂ ਇਹ ਵੀ ਲਿਖਣ ਕਿ ਉਹਨਾਂ ਹਮਲਾਵਰਾਂ ਦਾ ਨਾਦਰ ਸ਼ਾਹ ਨੇ ਕੀ ਅੰਜ਼ਾਮ ਕੀਤਾ ਸੀ ਮੈਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਬਸ ਜ਼ਕਰੀਆ ਚੁੱਪ ਖਲੋਤਾ ਸੀ ਕੀ ਤੂੰ ਇਹਨਾਂ ਬਾਰੇ ਕੁਝ ਜਾਣਦਾ ਵੀ ਹੈ ਕੌਣ ਨੇ ਇਹ ਲੋਕ ਕੋਈ ਜਿੰਨ ਭੂਤ ਜਾਂ ਰਾਕਸ਼ ਨੇ ਜੋ ਤੂੰ ਇੰਨਾ ਡਰਿਆ ਖਲੋਤਾ ਹੈ ਏਡਾ ਜ਼ੇਰਾ ਕਿਵੇਂ ਕਰ ਗਏ ਕੀ ਉਹ ਨਾਦਰ ਸ਼ਾਹ ਦੇ ਭੈ ਤੋਂ ਵਾਕਫ ਨਹੀਂ ਇਹ ਸਿੱਖ ਨੇ ਜਾ ਪਨਾਹ ਜ਼ਕਰੀਆ ਬੋਲਿਆ ਕੌਣ ਹੁੰਦੇ ਨੇ ਇਹ ਸਿੱਖ ਕੋਈ ਜੰਗਲੀ ਲੜਾਕੇ ਜਾਂ ਆਦਮਖੋਰ ਆਦਿਵਾਸੀ ਕੀ ਬਲਾ ਨੇ ਇੰਨੀ ਫੁਰਤੀ ਇੰਨੀ ਬਹਾਦਰੀ ਮੈਂ ਕਦੇ ਪਹਿਲਾਂ ਦੇਖੀ ਨਾ ਸੁਣੀ ਉਹਨਾਂ ਸਾਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਅਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹੁੰਦੇ ਕੌਣ ਨੇ ਇਹ ਸਿੱਖ ਜਾਂ ਪਨਾਹ ਇਹ ਪੰਜਾਬ ਵਿੱਚ ਹੀ ਪੈਦਾ ਹੋਈ ਇੱਕ ਕੌਮ ਹੈ ਹਕੂਮਤ ਨਾਲ ਇਹਨਾਂ ਦੀ ਖਹਿਬਾਜ਼ੀ ਮੁੱਦਤਾਂ ਤੋਂ ਚੱਲ ਰਹੀ ਹੈ ਹਕੂਮਤ ਨੇ ਇਹਨਾਂ ਦੇ ਸਿਰਾਂ ਦੇ ਇਨਾਮ ਵੀ ਰੱਖੇ ਪਰ ਇਹ ਮੁੱਕ ਨਹੀਂ ਰਹੇ ਜ਼ਕਰੀਆ ਆਪਣੀ ਮਜਬੂਰੀ ਜ਼ਾਹਰ ਕਰ ਰਿਹਾ ਸੀ ਰਹਿੰਦੇ ਕਿੱਥੇ ਨੇ ਪਿੰਡ ਉਜਾੜ ਦਿਓ ਇਹਨਾਂ ਦੇ ਨਾਦਰ ਜ਼ਕਰੀਏ ਨੂੰ ਕਿਹਾ ਜੰਗਲਾਂ ਵਿੱਚ ਰਹਿੰਦੇ ਨੇ ਹਜ਼ੂਰ ਪਿੰਡ ਤਾਂ ਇਹਨਾਂ ਕਾਹਦੇ ਛੱਡ ਦਿੱਤੇ ਨੇ ਇਹਨਾਂ ਨੇ ਧਰਮ ਛੱਡਣ ਨਾਲੋਂ ਪਿੰਡ ਛੱਡਣ ਨੂੰ ਤਰਜੀਹ ਦਿੱਤੀ ਖੜ੍ਹੇ ਖੜ੍ਹੇ ਹੀ ਸੌਂ ਲੈਂਦੇ ਹਨ ਅਤੇ ਤੁਰਦੇ ਤੁਰਦੇ ਹੀ ਖਾ ਲੈਂਦੇ ਹਨ ਖਾਂਦੇ ਕੀ ਨੇ ਇਹ ਜੰਗਲਾਂ ਵਿੱਚ ਇਨਸਾਨ ਦੇ ਜਿਉਂਦੇ ਰਹਿਣ ਦੀਆਂ ਮੁੱਖ ਲੋੜਾਂ ਰੋਟੀ ਕੱਪੜਾ ਮਕਾਨ ਉਹਦੇ ਬਿਨਾਂ ਕਿਵੇਂ ਸਾਰਦੇ ਹਨ ਇਸੇ ਤਰ੍ਹਾਂ ਹਕੂਮਤ ਦਾ ਮਾਲ ਅਸਬਾਬ ਲੁੱਟ ਲੈਂਦੇ ਨੇ ਹਜ਼ੂਰ ਅਤੇ ਜਾਂ ਭੇਸ ਬਦਲ ਕੇ ਪਿੰਡਾਂ ਵਿੱਚੋਂ ਅਨਾਜ ਮੰਗ ਕੇ ਲੈ ਜਾਂਦੇ ਹਨ ਅਤੇ ਉਹੀ ਇਕੱਠੇ ਬੈਠ ਕੇ ਖਾ ਲੈਂਦੇ ਹਨ ਪਿੰਡਾਂ ਵਿੱਚ ਇਹਨਾਂ ਦੇ ਖੈਰ ਖਵਾਹ ਵਸਦੇ ਹਨ ਜੋ ਇਹਨਾਂ ਦੀ ਮਦਦ ਕਰਦੇ ਰਹਿੰਦੇ ਹਨ ਵੈਸੇ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੇਹਾਂ ਜਿੱਤ ਲਈਆਂ ਹਨ ਅਤੇ ਰੋਟੀ ਕੱਪੜਾ ਇਹਨਾਂ ਲਈ ਬਹੁਤੇ ਮਾਇਨੇ ਨਹੀਂ ਰੱਖਦਾ ਲੂਣ ਖਾਣ ਵਾਲੇ ਨੂੰ ਸਵਾਦ ਦਾ ਪੱਟਿਆ ਕਹਿੰਦੇ ਹਨ ਹਾੜ ਦੇ ਕਈ ਕਈ ਦਿਨ ਪਾਣੀ ਬਿਨਾਂ ਕੱਟ ਲੈਂਦੇ ਹਨ ਅਤੇ ਸਿਆਲਾਂ ਵਿੱਚ ਅੱਗ ਬਾਲ ਕੇ ਨਹੀਂ ਵੇਖਦੇ ਅਤੇ ਘਰ ਕਿੱਥੇ ਨੇ ਇਹਨਾਂ ਦੇ ਕੋਈ ਟਿਕਾਣੇ ਤਾਂ ਹੋਣਗੇ ਨਾਦਰ ਦੀ ਹੈਰਾਨੀ ਵੱਧ ਰਹੀ ਸੀ ਘਰ ਜਾਂ ਪਨਾਹ ਉਹ ਨਹੀਂ ਇਹਨਾਂ ਦੇ ਘਰ
तंबू दे बाहर खलोते घोड़ियां वल इशारा करदा होया जकरिया बोलिया, घोड़ियां दियां काठियां ही घर ने हजूर, खांदे पींदे सौंदे उन्हां ते ही ने। जकरिया दे गल हजे मूँह विच सी कि नादर उच्ची उच्ची हसण लगा, हा हा हा, जकरिया खां जे इन्हां दे घर घोड़ियां दियां काठियां ते हन तां तुसीं बोरी बिस्तरा बनना शुरू कर दिओ, क्योंकि हुण इह पड़ा दिल्ली जा के ही करनगे ते उह दिन भी दूर नहीं खान साहब जद लाल किले ते इन्हां दा परचम झूलेगा। दूर नहीं उह दिन, इह कहिंदा होया नादर शाह अंदर चला गया। अज रात नादर नूं नींद नहीं आ रही, वह आरामदायक आसन ते पिया होया भी सारी रात उसल वटे लैंदा रहा। जकरिया खान नाल कीती गलबात दे बोल हवा विच गूंज रहे हन। ये सिख ने हजूर जंगलों में रेंदे ने, घोड़िया दियां काठियां ते दिल्ली दे मालक बनणगे, लाल किले ते परचम झूलेगा, आवाज़ां गूंज रही हन। ते नादर शाह एकदम डर के उठ बैठा। उसकी सारी रात इस तरह बीती। सवेर होंदे सार उसने मुड़ जकरिए नूं बुलावा भेजिया, जिन्नी देर तुसीं अपने दुश्मन नूं जाण नहीं लैंदे उन्नी देर उसनूं हराउणा सौखा नहीं। मैं इन्हां बारे होर जानना चाहुंदा हाँ जकरिया खान, जानकारी इन्हां बारे बहुती नहीं मिलदी हजूर, पिंड देस घर घाट किला कोट कोई है नहीं, गुलाब दे बूटे वांग ज्यों ज्यों कटीदे ने त्यों त्यों वधदे ने, जंग विच शहीद होण लई इस तरह भज्जे आउंदे ने जिवें परवाना शमां वल उड्डिया आउंदा है। इन्हां दे तां घोड़े भी खबरे फौलाद दे बणे ने, बिना कुछ खाधे पीते सौ सौ कोह तक धावे करदे ने, ते उन्हां घोड़ियां दियां पिठां ही इन्हां लई पलंग हन। सिर ते पगड़ी तेड़ कश तों बिना होर कुछ नहीं पहनदे, पर हथियार जिन्ने मिल जाण उन्ने थोड़े हन, किरपान दा वसाह नहीं करदे, सदा नाल रखदे ने ते कहिंदे ने कि सौंदे भी नाल लै के ने। की मतलब है तेरा कि किरपान नाल लै के सौंदे हन? की सचमुच? नादर हैरान हुंदा बोलिया, जी हजूर, किरपान नूं शरीर दा अंग ही जाणदे हन। आफरीन, होर दस। नादर दी उत्सुकता नाल नाल वधदी जा रही सी। हुकूमत नाल दंगा इन्हां दी जादगोद है, कल्ले कल्ले पांच पांच सौ नाल मत्था डाह खलोंदे हन, चमड़ी इन्हां दी खौरे गेंडे दी खल नाल दी है, जख्म आपे मिल जाते हैं, खुशी गमी तो रहत हैं। इन्हां दे घर जे कोई मर भी जाए तां कहिंदे हन ये हलवा बना के खांदे हन, जो कुछ भी माल सवाब लुट के लियाउंदे हन इको जिहा वंड लैंदे हन, कोई नंगा भुखा लोड़वंद दरों खाली नहीं मुड़न दिंदे। दरों दर है कित्थे? तूं तां कहिंदा है कोई दर घर है ही नहीं इन्हां दा। नादर बोलिया, हजूर, जिहड़ी भी थां जंगल बेले विच डेरे लाउंदे हन उही दर है, उत्थे खालसे दे राज दा ऐलान कर देंदे हन, उह थां खालसे दी मलकीयत, जिवें असीं हिंदुआं नूं मारना सवाब जाणदे हाँ उस तरह यह जुल्म का नाश करना धर्म समझते हैं। हिंदू मुसलमान दोवां तो अडरा मजहब है, एक रब दे पुजारी ने, उस तो सिवा होर किसी नूं नहीं मानते। लीडर कौन है इन्हां दा? अल्लाह, जिसनों ये अकाल कहिंदे ने उस नूं अपना लीडर मानते ने। वाह कमाल लोग ने, ताकत कित्थों मिलती है इन्हां नूं, इन्ने निडर किस तरह ने? कहिंदे ने इन्हां दे गुरु ने इन्हां नूं आबे हयात बनाउण दा तरीका दस दिता है, जद ये आबे हयात पी लेंदे ने फिर तो कहिंदे मौत नूं टिचरां करन लग पैंदे ने। जकरिया खां ज्यों ज्यों दस रहा सी नादर शाह सिखां बारे जानने लई होर उतावला हो रहा सी। कोई तो होवेगा तेरी रियासत विच जिसने सिख देखे होणगे जो इन्हां दे रहण सहण तो जाणू होवेगा, जाओ तो कोई ऐसा आदमी लभ के लियाओ जो मैनू सिखां बारे विस्थार नाल दस सके। नादर ने अपनी इच्छा जकरिए अगे प्रगट की। जकरिए ने कुछ सिपाही किसी ऐसे की भाल विच तोर दिते जो सिंघां दे रहण सहण ते तौर तरीकियां बारे दस सके। पिंड विच भंडां दी इक टोली गाउंदी फिर रही है, वह गुर गोबिंद होए प्रगट्यो दसवें अवतारा, जिथे लोगों की भीड़ ज़्यादा हुंदी है उत्थे वह खड़ के गाउंदे हन। जद सिपाहियां ने वाह वाह गोबिंद सिंह सुनिया तां भंडां नूं आवाज़ मारी, रुको ओए, भंड एकदम ठठंबर गए। ये की गा रहे हो? एक सिपाही बोलिया, ये तां पैगंबर दियां सिफतां ने हजूर, असीं तां अल्लाह दे रसूल दी उस्तत गा रहे हां। एक सियाणी उम्र दा भंड बोलिया,
पर यह तो सिखां दे गुरु का नाम लै रहे हो वार वार, हकूमत दे बागियां दे गुरु की उस्तत गा रहे हो। सिपाही बोलिया, हजूर कौन बागी ते कौन बादशाह, ये फैसले तो परवदगार ते छड़ दिओ। हकूमत की चाकरी करदे करदे तुसी अल्लाह दे करन वाले फैसले भी आप करन लग पए हो। एक भंड सहजता नाल बोलिया, ठीक है तुसी ये दसो कि सिखां नू जानदे हो। असी तो हजे अपने आप नू भी नहीं जानदे हजूर, जे जान गए तो मंग खाना छड़ देंगे। सिखां नू जानना तो दूर की गल है, पर कदे सिख देखे तो होणगे। सारा दिन पिंडों पिंड गश्त करते फिरदे हो, साडे लई तां लुकाई दा भला करन वाला हर मनुख ही सिख है हजूर। मनुखता लई जान तली ते टिकाई फिरदा हर पुरख सिख है। कि तुसी खान बहादुर नू सिखां बारे दस सकदे हो? अजे गल सिपाही दे मूँह विच ही सी कि एक नौजवान भंड बोलिया, सिखां दी सूह दईए जकरीए नू कदे भी नहीं, थाएं सिर ला दिओ, पर उन्हां खुदा दे आशकां दी कोई खबर सरकार नू नहीं देंगे। एक सिपाही गुस्से विच थोड़ा अगे वध्या, पर दूजे ने हाथ फड़ रोक लिया। नाले जाके कह दिओ आपदे खान बहादुर नू ते नाले उहदे सज्जरे नादर नू कि अगले आदमखोर शेरां दे मूँह हाथ नाल पाट देंदे ने, भली चाहुंदे हो ते पंजां पाणियां तों पार चले जाओ। छोटे मोटे बन ला के दरियावां दे वहण नहीं रोके जांदे, वेखियो किते। इहदा मतलब तुसीं सिखां नू जाणदे हो। चलो खान बहादुर तुहानू मिलना चाहुंदे हन, सानू क्यों? वो सिखां बारे जानना चाहुंदे हन, उहनां दी सूह नहीं चाहुंदे, बस उहनां दीआं रौह रीतां रहण सहण बारे जानण दी लोचा है नादर शाह दी। भंडा नू सिपाहियां ने मूहरे ला लिया ते आप उहनां दे मगर तुर पए। भंडा ने गाउणा फिर शुरू कर दिता, ओ गुरु गोबिंद होए प्रगटियो दसवें अवतारा। असल विच इह भंड सिखां कोल जंगल विच कुछ दिन रह के आए हन ते उहनां तों बहुत प्रभावित हन। उहनां दी अध्यात्मकता, सेवा, निर्मरता, बहादुरी दे कायल हन। उहनां कोल रहण करके इहनां दे नौजवानां विच जुलमी हकूमत विरुद्ध रोस पैदा हो गया है, जो उहनां दे बोलां विचों झलकदा है। जंगल विच पढ़ी जांदी अखंड बाणी इहनां दे भी दिलां विच घर कर गई है। किसे भंड दी डूंगी जिही आवाज़ आउंदी है, गुरबाणी तिन्हां भाईआं जिन मस्तक भाग, मनमुख छुट्टड कामणी गुरमुख सुहाग। कुछ मुखी भंड नादर शाह ते जकरिया खान कोल खलोते हन। वह जकरिया खान नूं तां देख नहीं सुखांदे, पर नादर शाह दी सिखां बारे जानण दी नीत उहनां नूं सोची लगदी है। नादर दीआं गल्लां तों जाप रिहा है जिवें उह सचमुच सिखां तों प्रभावित है ते उहनां बारे जानण दा इच्छुक है। एक भंड ने गाउणा शुरू कीता, भूरे चादर फाटे बस्तर, टूटे फूटे जरखल शस्त्र, सिर पर चक्कर खंडे तोड़े, सजे ना औरे शस्त्र थोड़े, एक एक चुकियो मण मण लोहा। अगे वह नादर सिंघां दे नाम बोल के दसदा है, अयो बघेड़ा सिंह दुतेड़ा, तकड़ा सिंह लकड़ा सिंह झेड़ा, बागड़ सिंह खागड़ सिंह फोड़ा, अगड़ झगड़ सिंह भगड़ भगौड़ा, धरत तकेल सिंह पहाड़ा, दिल्ली तोड़ सिंह सहलाड़ा, गढ़पुट सिंह पहाड़ उकाड़ा, मुगल मार सिंह काजी साड़ा, खान मार सिंह सैयद गाड़ा, बाबा झाड़ सिंह फाड़ लताड़ा, बज्जण सिंह गज्जण सिंह लोहा, डाढ़ा सिंह खुदाए अछोहा। ये की है, नादर शाह दे कुछ पेड़ पल्ले नहीं पै रहा। यही तो असी कहिंदे हजूर, असी बहादुर शाह नू इंज दसिया सी ते उहना दे कोई समझ नहीं आया सी, इसलिए असी जकरिया खान नू कह रहे सां कि असी नाटक करके दिखा सकते हाँ, उस नाल हजूर सब जान जाणगे। सियाणी उम्र दा भंड बोलिया, तुसी सानू बोल के इंज ही दस दिओ जिवें हुण गल्लां कर रहे हो। जकरिया बोलिया, बोल के तां असी दस ही रहे सां, इस तरह फिर तुहानू अधूरी जानकारी मिलेगी। भंड अजे बोल ही रहा सी कि नादर बोलिया, नहीं अधूरी नहीं, तुहानू जिन्ना भी पता है दसो, भावें जिवें मर्जी दसो। नादर शाह की प्रवानगी तो बाद हुण जकरिया कुछ नहीं बोल सकता सी, सो भंडा दे कहे अनुसार प्रबंध शुरू हो गए। असल विच भंड नादर शाह नू एक नाटक दे रूप विच सिखां दीआं रहो रीतां तों जाणू करवाउण दा यतन कर रहे हन। एक वड्डे मैदान विच नादर शाह, उस दे वजीर, सेनापति ते होर दरबारी जकरिया खान नाल आसणां ते बैठ गए ते उहनां दे सामणे भंड नाटक दी तैयारी करन लगे।
दीवान सज चुका है। वड्डे मैदान विच काफ़ी हलचल है। भंड अपनी तैयारी विच लगे हुए हैं। नादर शाह, जकरिया खान ते बाकी सब आपो अपने आसणा ते बैठ चुके हैं। तैयारी कर रहे भंडा चों एक नादर शाह कोल आउंदा है ते कहिंदा है, हजूर सानू तुहाडी फौज दे कुछ सिपाही भी नाटक विच मदद लई चाहिए हैं। किन्ने को? नादर बोलता है, कोई 30-35 हजूर तैयार बर तैयार। ये नादर दे सिपाही ने सदा तैयार ही रहिंदे ने ते सुते पए ते भी जंग लड़ सकदे हैं। नादर अपने एक सेनापति नू इशारा करदा है। 30-35 हथियारां नाल लैस सैनिक मैदान विच दाखल हुंदे ने। नादर दी जेतू मुहिम दे लड़ाके भंड उन्हां कोल जाके कोई समझाउण लगदा है, तुसीं सब ने ओ नुक्कर विच खलोते रहना है ते जद भी इधरों इशारा मिले तां हमला कर देना है। वो सब दसी थां ते जा खलोंदे हन। भंड मैदान दे विचाले एकत्र हो जांदे हन। 7-8 भंड खलोते रहिंदे हन ते बाकी 10-15 उन्हां दे सामने बैठ जांदे हन। एक भंड एक उच्ची जगह ते बिठा दिता जांदा है। उस दे सामने एक पीड़ा नुमा छोटा मंजा डाह दिंदे हन ते उस नूं चादर नाल ढक देंदे हन। चादर दे हेठ एक सरहाणा रख दिता जांदा है। उस भंड नूं मोर दे खंभ फड़ा दिते जांदे हन ते उन्हां खंभां नूं चौर वांग मंजे उपर घुमाउंदा है। दो भंड डांगा फड़ के आसे पासे पहरेदार वांग खड़े कर दिते जांदे हन। बाकी 5 मंजे नूं मत्था टेक के एक बाटा नुआ बठल दे दुआले बैठ जांदे हन। एक भंड जंग लग्या शुरा बूझियों कढ़दा है। बठल विच पाणी ते शक्कर पा दिता जांदा है ते ओह शुरा विच फेरन लगदे हन। एक भंड नादर शाह कोल उस नूं समझाउण लई खलोता है। ये सब की हो रहा है? नादर उस भंड नूं पुछदा है। ये आबे ही आत तैयार कर रहे ने हजूर। सिखां दा अपना एक धर्म ग्रंथ है जिस नूं ओह गुरु ग्रंथ साहिब कहिंदे हन। उन्हां दियां सब रीतां विहार गुरु ग्रंथ साहिब की हजूरी विच हुंदे हन। ओह पंज की कर रहे हन? ओह आबे हयात है हजूर। पंज सिख जिन्हां नूं पंज प्यारे कहा जांदा है गुरु की हजूरी विच बाटा तैयार करदे हन। ओह इस नूं अमृत कहिंदे हन। अमृत ये की है? अमृत हजूर जिस नूं पी के अमर हो जाईदा है। आबे हयात वांग ओह बाटे विच पंजां दरियावां दा पाणी ते पतासे पा के खंडे नाल हलाउंदे हन। ओह आपस विच की गल्लां कर रहे हन? ਉਹ ਗੱਲਾਂ ਨਹੀਂ ਕਰ ਰਹੇ ਹਜ਼ੂਰ, ਉਹ ਬਾਣੀ ਪੜ੍ਹ ਰਹੇ ਹਨ। ਬਾਣੀ ਜੀ? ਬਾਣੀ ਕਲਮਾ ਜੋ ਉਹਨਾਂ ਨੂੰ 10 ਗੁਰੂਆਂ ਨੇ ਬਖਸ਼ਿਆ ਹੈ। ਬਾਣੀ ਇਹਨਾਂ ਦੀ ਰੂਹ ਦੀ ਖੁਰਾਕ ਹੈ। ਸਿੱਖ ਸਾਹ ਲਏ ਬਿਨਾਂ ਤਾਂ ਸ਼ਾਇਦ ਸਾਰ ਲਵੇ, ਪਰ ਹਜ਼ੂਰ ਪਰ ਬਾਣੀ ਬਿਨਾਂ ਤਾਂ ਉਹ ਮਰ ਹੀ ਜਾਵੇਗਾ। ਕਿਸੇ ਸਿੱਖ ਬੱਚੇ ਨੂੰ ਤੁਸੀਂ ਰੋਟੀ ਅਤੇ ਬਾਣੀ ਵਿੱਚੋਂ ਇੱਕ ਚੁਣਨ ਲਈ ਕਹੋਗੇ ਤਾਂ ਉਹ ਬੇਝਿਜਕ ਬਾਣੀ ਚੁਣੇਗਾ। ਆਫਰੀਨ ਨਾਦਰ ਸਮੇਤ ਕਈਆਂ ਦੇ ਮੂੰਹੋਂ ਨਿਕਲਿਆ। ਅਤੇ ਹੁਣ ਇਹ ਕੀ ਕਰਨਗੇ? ਨਾਦਰ ਦੀ ਉਤਸੁਕਤਾ ਵੱਧ ਰਹੀ ਸੀ। ਹੁਣ ਇੱਕ ਜਣਾ ਇਹਨਾਂ ਨੂੰ ਮਰਿਆਦਾ ਦੱਸੇਗਾ। ਮਰਿਆਦਾ ਆਨੇ ਸ਼ਰ੍ਹਾਂ ਅਤੇ ਫਿਰ ਸਾਹਮਣੇ ਬੈਠੇ ਇਕੱਲੇ ਇਕੱਲੇ ਨੂੰ ਅਮਰ ਦਿੱਤਾ ਜਾਵੇਗਾ। ਨਾਟਕ ਵਿੱਚ ਨਕਲੀ ਅਮਰ ਤਿਆਰ ਕਰ ਰਹੇ ਪੰਜਾਂ ਵਿੱਚੋਂ ਇੱਕ ਉੱਠਿਆ ਅਤੇ ਸਾਹਮਣੇ ਬੈਠਿਆਂ ਵੱਲ ਬੋਲਣਾ ਸ਼ੁਰੂ ਕੀਤਾ। ਧੰਨ ਭਾਗ ਨੇ ਤੁਹਾਡੇ ਜੋ ਤੁਹਾਨੂੰ ਇਹ ਦਾਤ ਪ੍ਰਾਪਤ ਹੋਣ ਲੱਗੀ ਹੈ। ਸੋਰ ਨਾਰ ਮੁੰਜਨ ਅੰਮ੍ਰਿਤ ਨੂੰ ਲੋਚਦੇ ਹਨ, ਪਰ ਇਹ ਹਰ ਕਿਸੇ ਦੇ ਝੋਲੀ ਨਹੀਂ ਪੈਂਦਾ। ਅੱਜ ਤੋਂ ਤੁਹਾਡਾ ਨਵਾਂ ਜਨਮ ਹੋਣ ਜਾ ਰਿਹਾ ਹੈ। ਅੱਜ ਤੋਂ ਤੁਹਾਡੀ ਪਿਛਲੀ ਸਭ ਜਾਤ ਕੁੱਲ ਨਸਲ ਪੰਥ ਨਾਸ ਹੋ ਜਾਵੇਗਾ। ਹੁਣ ਤੁਸੀਂ ਖਾਲਸੇ ਹੋ ਜਾਓਗੇ। ਗੁਰੂ ਗੋਬਿੰਦ ਸਿੰਘ ਤੁਹਾਡੇ ਪਿਤਾ ਹੋਣਗੇ ਅਤੇ ਮਾਤਾ ਸਾਹਿਬ ਦੇਵਾਂ ਤੁਹਾਡੇ ਮਾਤਾ। ਹਰ ਸਿੱਖ ਸਿੱਖਣੀ ਭੁਜੰਗੀ ਆਪਣੇ ਨਾਮ ਨਾਲ ਸਿੰਘ ਅਤੇ ਕੌਰ ਲਗਾਵੇਗਾ। ਨਾਮ ਬਾਣੀ ਦਾ ਅਭਿਆਸ ਤੁਹਾਡਾ ਨਿੱਤ ਕਰਮ ਹੋਵੇਗਾ। ਹੱਥ ਕਾਰ ਵੱਲ ਅਤੇ ਚਿੱਤ ਕਰਤਾਰ ਵੱਲ ਅਤੇ ਕਾਰ ਤੁਹਾਡੀ ਹੋਵੇਗੀ ਜ਼ੁਲਮ ਦਾ ਨਾਸ ਕਰਨਾ। ਇਹਨਾਂ ਕਹਿੰਦਿਆਂ ਉਹਨਾਂ ਪੰਜਾਂ ਨੇ ਸਾਹਮਣੇ ਬੈਠਿਆਂ ਨੂੰ ਇਸ਼ਾਰਾ ਕੀਤਾ। ਇੱਕ ਇੱਕ ਕਰਕੇ ਭੰਡ ਉਹਨਾਂ ਕੋਲ ਆਉਣ ਲੱਗੇ। 5-5 ਘੁੱਟ ਤਿਆਰ ਕੀਤਾ ਨਕਲੀ ਅੰਮ੍ਰਿਤ ਉਹਨਾਂ ਨੂੰ ਦਿੱਤਾ ਜਾਣ ਲੱਗਾ। 5-5 ਛਿੱਟਾਂ ਅੱਖਾਂ ਵਿੱਚ ਅਤੇ ਕੇਸਾਂ ਵਿੱਚ ਅਤੇ ਹਰ ਵਾਰ ਉੱਚੀ ਆਵਾਜ਼ ਵਿੱਚ ਬੋਲਿਆ ਜਾਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੀ ਬੋਲ ਰਹੇ ਹਨ? ਨਾਦਰ ਨੇ ਪੁੱਛਿਆ। ਖਾਲਸਾ? ਖਾਲਸ ਉਹ ਪਰਮ ਮਨੁੱਖ ਜੋ ਜਵਾਬ ਦੇ ਸਿੱਧਾ ਅਕਾਲ ਪੁਰਖ ਨੂੰ ਹੈ। ਉਹ ਅਕਾਲ ਪੁਰਖ ਦਾ ਹੈ ਅਤੇ ਉਸਦੀ ਹਰ ਜਿੱਤ ਫਤਿਹ ਵੀ ਅਕਾਲ ਪੁਰਖ ਦੀ ਹੈ। ਇਹ ਜੰਗਾਂ ਅੱਲਾ ਲਈ ਕਰਦੇ ਹਨ, ਮਾਨੇ ਜਿਹਾਦੀ ਹਨ ਜੀ। ਇਹ ਅਕਾਲ ਪੁਰਖ ਦੀ ਫੌਜ ਹੈ ਬਾਦਸ਼ਾਹ। ਧਰਤੀ ਉੱਤੋਂ ਜ਼ੁਲਮ ਦੀ ਜੜ੍ਹ ਪੁੱਟਣ ਅਤੇ ਹਲੇਮੀ ਰਾਜ ਸਥਾਪਿਤ ਕਰਨ ਲਈ
इस दा जन्म होया। पहली जंग अपने आप नाल है, अपने अंदर दे पांच दोखियां नू काबू विच करना है। जिन मिल मारे पंच सूरबीर, ऐसो कौन बली रे, जिन पंच मार बेदार गुदारे, सो पूरा यह कली रे। हलीमी राज बेगमपुरा पहला अपने अंदर उसारना है, फिर धरत उत्ते ते मगरों सगल ब्रह्मांड विच पंजां विचों एक बोलना जारी रखता है। खालसा जी, धरती पापां दा भार सहार दी थक चुकी है, सानू उस दा भार वंडवाउणा पवेगा। जुल्मां ने जुल्मां दी अत करा दित्ती है, वार लगातार खेत नूं खांदी जा रही है। राजे पाप कमाउण लगे हन ते ज्ञान वी हुण परजा उहनां दे जुल्म सहार रही है। जालम राजिआं दे सामणे किवें खलोईदा है, परजा नूं इह सिखाउणा पवेगा, उहनां नूं दृढ़ कराउणा पवेगा। को हर समान नहीं राजा, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇੱਧਰੋਂ ਨਾਦਰ ਸ਼ਾਹ ਕੋਲ ਖਲੋਤਾ ਪੰਡ ਇਹ ਸ਼ਬਦ ਧਾਰਨਾ ਵਾਂਗ ਗਾਉਣ ਲੱਗਾ। ਉਸ ਨੇ ਹੱਥਾਂ ਦੇ ਇਸ਼ਾਰੇ ਨਾਦਰ ਅਤੇ ਜ਼ਕਰੀਏ ਵੱਲ ਕੀਤੇ ਅਤੇ ਨਾਟਕ ਵੱਲ ਚਲਾ ਗਿਆ। ਜ਼ੁਲਮਾਂ ਦੀ ਜਦ ਅੱਤ ਹੋ ਜਾਵੇ, ਕੋਈ ਹੋਰ ਹੀਲਾ ਨਾ ਬਚਦਾ ਹੋਵੇ, ਤਾਂ ਸ਼ਮਸ਼ੀਰ ਚੁੱਕ ਲੈਣੀ ਜਾਇਜ਼ ਹੈ। ਵਕਤ ਆ ਗਿਆ ਹੈ ਕਿ ਰਾਜਪਾਲ ਖਾਲਸਾ ਜੀ ਆਪਣੇ ਹੱਥ ਵਿੱਚ ਲੈਣ ਅਤੇ ਪਰਜਾ ਦੇ ਦੁੱਖ ਹਰਨ। ਪਾਪੀ ਰਾਜਿਆਂ ਨੂੰ ਨਰਕਾਂ ਵੱਲ ਤੋਰਨ ਦਾ ਵੇਲਾ ਆਣ ਟੁੱਕਾ ਹੈ। ਲਾਲ ਕਿਲ੍ਹਾ ਖਾਲਸਾ ਜੀ ਦੇ ਨਿਸ਼ਾਨ ਦੀ ਉਡੀਕ ਕਰ ਰਿਹਾ ਹੈ, ਲੋਕਾਈ ਤਰਾਹ ਤਰਾਹ ਕਰ ਰਹੀ ਹੈ। ਗੱਲਾਂ ਸੁਣਦਿਆਂ ਸੁਣਦਿਆਂ ਭੰਡ ਹੌਲੀ ਹੌਲੀ ਖੜ੍ਹੇ ਹੋ ਰਹੇ ਹਨ। ਜਿਨ੍ਹਾਂ ਇਹ ਨਾਟਕ ਵਾਲਾ ਅਮਰ ਛਕਿਆ ਹੈ, ਉਹਨਾਂ ਆਪਣੇ ਆਪਣੇ ਟੁੱਟੇ ਭੱਜੇ ਸ਼ਸਤਰ ਬਾਹਰ ਕੱਢ ਲਏ ਹਨ। ਰਾਜ ਕਰੇਗਾ ਖਾਲਸਾ ਦੀਆਂ ਆਵਾਜ਼ਾਂ ਨਾਲ ਅਸਮਾਨ ਗੂੰਜਣ ਲੱਗਦਾ ਹੈ। ਦਿੱਲੀ ਤਖਤ ਪਰ ਬਹੇਗੀ ਆ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਕਿਸੇ ਪਾਸਿਓਂ ਆਵਾਜ਼ ਆਉਂਦੀ ਹੈ, ਬਾਜ ਤਾਜ ਤਿਨਕੇ ਸਭ ਲੈਣੇ, ਹਮ ਰਾਖਤ ਪਾਤਸ਼ਾਹੀ ਦਾਵਾ, ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਏ, ਜੈਂ ਜੈਂ ਬਹੇ ਜ਼ਮੀਨ ਮਲ ਤੈਂ ਤੈਂ ਤਖਤ ਬਿਠਾਏ। ਹਰ ਪਾਸਿਓਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਜ਼ਕਰੀਆ ਖਾਨ ਨੂੰ ਮੁੜਕਾ ਆ ਰਿਹਾ ਹੈ, ਨਾਦਰ ਦੇ ਕੋਈ ਸਮਝ ਨਹੀਂ ਪੈ ਰਿਹਾ। ਭੰਡ ਹਵਾ ਵਿੱਚ ਕਿਰਪਾਨਾਂ ਲਹਿਰਾ ਰਹੇ ਹਨ ਅਤੇ ਉਹਨਾਂ ਆਪਣੇ ਮੂੰਹ ਨਾਦਰ ਅਤੇ ਜ਼ਕਰੀਏ ਵੱਲ ਕਰ ਲਏ ਹਨ। ਜ਼ਕਰੀਆ ਭੰਡਾਂ ਵੱਲੋਂ ਨਾਟਕ ਲਈ ਮੰਗੇ ਗਏ ਦੂਰ ਖਲੋਤੇ ਸਿਪਾਹੀਆਂ ਨੂੰ ਇਸ਼ਾਰਾ ਕਰਦਾ ਹੈ। ਨਾਦਰ ਦੇ ਲੜਾਕੇ ਸਿਪਾਹੀ ਸਬਕ ਸਿਖਾਉਣ ਲਈ ਭੰਡਾਂ 'ਤੇ ਹਮਲਾ ਕਰ ਦਿੰਦੇ ਹਨ। ਯੁੱਧ ਸ਼ੁਰੂ ਹੋ ਜਾਂਦਾ ਹੈ। ਲਸ਼ਕਰ ਤੇਗਾਂ ਬਰਸ਼ੀਆਂ, ਸੂਰਜ ਨਜ਼ਰ ਨਾ ਪਾਏ। ਲਲਕਾਰੇ ਮਾਰਦੇ ਹੋਏ ਭੰਡ ਜੰਗ ਖਾਧੀਆਂ ਕਿਰਪਾਨਾਂ ਨਾਲ ਤਿਆਰ ਬਰ ਤਿਆਰ ਸਿਪਾਹੀਆਂ 'ਤੇ ਭਾਰੂ ਪੈ ਰਹੇ ਹਨ। ਨਾਦਰ ਸ਼ਾਹ ਅਤੇ ਜ਼ਕਰੀਆ ਖਾਂ ਆਪਣੇ ਆਸਣਾਂ ਤੋਂ ਉੱਠ ਕੇ ਖਲੋ ਗਏ ਹਨ। ਭੰਡਾਂ ਨੇ ਹੱਲਾ ਹੋਰ ਤੇਜ਼ ਕਰ ਦਿੱਤਾ ਹੈ। ਕੁਝ ਪਲਾਂ ਵਿੱਚ ਉਹਨਾਂ ਨੇ ਨਾਦਰ ਦੇ ਉਹ ਸਾਰੇ ਸਿਪਾਹੀ ਮਾਰ ਦਿੱਤੇ ਜੋ ਸੁੱਤੇ ਪਏ ਵੀ ਜੰਗ ਲੜ ਸਕਦੇ ਸਨ। ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ, ਸਤਿ ਸ੍ਰੀ ਅਕਾਲ ਦੇ ਜੈਕਾਰੇ ਹਵਾ ਵਿੱਚ ਲਹਿਰਾ ਰਹੇ ਹਨ। ਨਾਦਰ ਸ਼ਾਹ ਦੋਵੇਂ ਹੱਥ ਜੋੜੀ ਉੱਚੀ ਉੱਚੀ ਬੋਲਦਾ ਹੈ, ਰੋਕ ਦਿਓ, ਰੋਕ ਦਿਓ, ਅੱਲਾ ਦਾ ਵਾਸਤਾ ਰੋਕ ਦਿਓ, ਮੈਨੂੰ ਪਤਾ ਲੱਗ ਗਿਆ ਹੈ, ਮਿੰਨਤ ਨਾਲ ਰੋਕ ਦਿਓ। ਉਹ ਜ਼ਕਰੀਏ ਅਤੇ ਹੋਰ ਸੈਨਾਪਤੀਆਂ ਨੂੰ ਇਸ਼ਾਰਾ ਕਰਦਾ ਹੈ, ਪਰ ਕੋਈ ਵੀ ਭੰਡਾਂ ਵੱਲ ਜਾਣ ਨੂੰ ਤਿਆਰ ਨਹੀਂ। ਰੋਕ ਦਿਓ, ਮੈਂ ਤੁਹਾਡੇ ਪੈਰ ਫੜਦਾ ਹਾਂ, ਰੋਕ ਦਿਓ। ਜੇ ਨਕਲੀ ਅੰਮ੍ਰਿਤ ਵਿੱਚ ਏਡੀ ਕਰਾਮਾਤ ਹੈ ਤਾਂ ਅਸਲੀ ਕਿਹੋ ਜਿਹਾ ਹੋਵੇਗਾ? ਰੋਕ ਦਿਓ, ਮੈਨੂੰ ਸਭ ਸਮਝ ਆ ਗਿਆ ਹੈ, ਰੋਕ ਦਿਓ। ਨਾਦਰ ਉੱਥੇ ਹੀ ਕੁਰਸੀ 'ਤੇ ਡਿੱਗ ਪੈਂਦਾ ਹੈ। ਉਸ ਨੂੰ ਸਾਹਮਣੇ ਅਸਮਾਨ ਵਿੱਚ ਘੋੜਿਆਂ 'ਤੇ ਚੜ੍ਹੇ ਆਉਂਦੇ ਸਿੰਘ ਦਿਖਾਈ ਦੇ ਰਹੇ ਹਨ। ਪਿੱਛੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਕਿਤਾਬ ਹੰਨੇ ਹੰਨੇ ਪਾਤਸ਼ਾਹੀ ਭਾਗ ਦਸਵਾਂ, ਲੇਖਕ ਜਗਦੀਪ ਸਿੰਘ ਫਰੀਦਕੋਟ, ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।